ਗਣਕਾ ਪਾਪਣ ਪਾਪਣ ਹੋ ਗਈ, ਪਾਪਾਂ ਦੇ ਹਾਰ ਪਰੋਏ ਗਏ, ਢੇਰ ਲੱਗ ਗਏ ਪਾਪਾਂ ਦੇ, ਪਾਪ ਹੀ ਪਾਪ, ਪਾਪੀ ਹੋ ਗਿਆ ਮਨੁੱਖ। ਮਨ ਪਾਪੀ ਹੋਏ ਫਿਰ ਬਾਣੀ ਚ ਨਹੀਂ ਲੱਗਦਾ, ਗੁਰੂ ਘਰ ਜਾਣ ਨੂੰ ਚਿੱਤ ਨਹੀਂ ਕਰਦਾ, ਸੇਵਾ ਕਰਨ ਨੂੰ ਜੀ ਨਹੀਂ ਕਰਦਾ, ਗੁਰਬਾਣੀ ਸੁਣਨ ਨੂੰ ਚਿੱਤ ਨਹੀਂ ਕਰਦਾ। ਮਨ ਪਾਪੀ ਹੋ ਗਿਆ ਜੀ, ਆਖੋ ਮਨ ਪਾਪੀ ਹੋ ਗਿਆ। ਮਨ ਪਾਪੀ ਹੋ ਗਿਆ ਜੀ, ਨਾਮ ਨਾ ਜਪਾ, ਨਾਮ ਨਾ ਜਪਦਾ। ਮਨ ਪਾਪੀ ਹੋ ਗਿਆ ਜੀ, ਨਾਮ ਨਾ ਜਪਦਾ, ਨਾਮ ਨਾ ਜਪਦਾ। ਮਨ ਪਾਪੀ ਹੋ ਗਿਆ ਜੀ, ਨਾਮ ਨਾ ਜਪਿਆ, ਨਾਮ ਨਾ ਜਪਿਆ। ਮਨ ਪਾਪੀ ਹੋ ਗਿਆ, ਜਪਦਾ ਨਾਮ ਨਹੀਂ। ਮਨ ਪਾਪੀ ਹੋ ਗਿਆ ਜੀ, ਨਾਮ ਨਾ ਜਪਦਾ, ਨਾਮ ਨਾ ਜਪਦਾ। ਮਨ ਪਾਪੀ ਹੋ ਗਿਆ ਜੀ, ਨਾਮ ਨਾ ਜਪਦਾ, ਨਾਮ ਨਾ ਜਪਦਾ। ਕਮਾਵੇ ਸੋ ਧਰਮੀ ਨਾਉ ਹੋਏ, ਪਾਪ ਕਮਾਣੇ ਪਾਪੀ ਜਾਣੀ। ਐਡਾ ਪਾਪੀ ਹੋ ਗਿਆ, ਗਣਕਾ ਵੇਸ਼ਵਾ ਪਾਪਣ। ਬਾਬਾ ਜੀ ਪੁੱਛੋ ਵਾਲਿਆਂ ਦੇ ਸਮੇਂ ਸੇਵਕ ਸੀ ਬਾਬਾ ਜੀ, ਉਹਨਾਂ ਨੇ ਵਿਆਹ ਦਾ ਕਾਰਜ ਰੱਖਿਆ ਤੇ ਵਿਆਹ ਵਿੱਚ ਗਾਉਣ ਵਜਾਉਣ ਵਾਲੀ ਬੁੱਕ ਕੀਤੀ। ਬਾਬਾ ਜੀ ਨੂੰ ਪਤਾ ਲੱਗਿਆ, ਲੋਕ ਪਿੰਡ ਚ ਰੋਲਾ ਪੈ ਗਿਆ ਵੀ ਇਹਨਾਂ ਦੇ ਘਰ ਗਾਉਣ ਵਾਲੀ ਆਉਣੀ। ਪਹਿਲੋਂ ਇਹ ਬੜਾ ਚਾਅ ਹੁੰਦਾ ਸੀ, ਕਿਸੇ ਗਾਇਕ ਨੇ ਆਉਣਾ ਹੋਵੇ ਕਹਿੰਦੇ ਗਾਉਣ ਵਾਲੀ ਆਉਣੀ ਇਹਨਾਂ ਦੇ ਘਰ, ਵਿਆਹ ਤੇ ਲੋਕਾਂ ਚ ਚਰਚਾ ਹੋ ਗਈ। ਬਾਬਾ ਜੀ ਨੂੰ ਵੀ ਪਤਾ ਲੱਗਿਆ, ਬਾਬਾ ਜੀ ਬੁਲਾ ਕੇ ਆਪਣੇ ਸੇਵਕ ਨੂੰ ਕਹਿੰਦੇ ਗੁਰਸਿੱਖਾਂ ਦੇ ਵਿਆਹਾਂ 'ਚ ਕੰਜਰੀਆਂ ਨਹੀਂ ਨੱਚਦੀਆਂ ਭਾਈ, ਧਰਮ ਦੇ ਕਾਰਜ ਕਰੀ ਦੇ। ਕੁੜੀ ਦਾ ਘਰ ਵਸਾਉਣਾ ਹੈ, ਮੁੰਡੇ ਦਾ ਘਰ ਵਸਾਉਣਾ ਹੈ, ਮੁੰਡੇ ਕੁੜੀ ਦੋਨੋਂ ਵਸਣ, ਨਾਮ ਜਪਣ, ਚੰਗੀ ਔਲਾਦ ਹੋਵੇ। ਇਹ ਨਹੀਂ ਕਰਨਾ ਕਿ ਕੰਜਰੀ ਨਚਾਈਏ ਤੇ ਪਾਪ ਕਮਾ ਲਈਏ ਵਿਆਹ ਚ,
ਤੇ ਮੁੜ ਕੇ ਫਿਰ ਰਿਸ਼ਤਿਆਂ ਚ ਨੁਕਸਾਨ ਹੁੰਦਾ ਹੋਵੇ। ਕਲਯੁਗ ਪਵੇ, ਲੜਾਈਆਂ ਪੈਣ, ਰਿਸ਼ਤੇ ਟੁੱਟਣ, ਇਹ ਜਦੋਂ ਪਾਪ ਕੀਤੇ ਹੋਣ, ਪੈਲਸਾਂ ਵਿੱਚ ਮਾਂ ਸ਼ਰਾਬਾਂ ਵੰਡੀਆਂ ਹੋਣ, ਬੁਰੇ ਹੀ ਕੰਮ ਸਾਰੇ ਕੀਤੇ ਹੋਣ, ਭਲਾ ਕੋਈ ਨਾ ਕੀਤਾ ਹੋਵੇ, ਫਿਰ ਵਿਆਹ ਦੁੱਖਦਾਈ ਹੋ ਜਾਂਦਾ ਹੈ। ਕਿਉਂਕਿ ਮਾੜੇ ਕੰਮ ਹੋ ਗਏ, ਪਾਪ ਹੋ ਗਏ, ਫਿਰ ਵਿਆਹ 'ਚ ਸੁੱਖ ਨਹੀਂ ਮਿਲਦਾ। ਅਸੀਂ ਬਹੁਤ ਸੰਗੀਆਂ ਦੇ ਰਹਿਣ ਸਬਾਈਆਂ ਦੇ ਵਿੱਚ ਲੜਕੀਆਂ ਨੇ ਕਿਹਾ ਅਸੀਂ ਵਿਆਹ ਕਰਾਉਣਾ ਹੈ, ਅੱਧੀ ਰਾਤ ਨੂੰ ਸਾਰੀ ਰਾਤ ਰਹਿਣ ਸਬਾਈ ਸੁਣਨੀ ਹੈ, ਸਾਰੇ ਜਥੇ ਲੱਗੇ, ਲਾਈਵ ਪ੍ਰੋਗਰਾਮ ਹੋਏ, ਅੰਮ੍ਰਿਤ ਵੇਲੇ ਲੜਕੀ ਦਾ ਆਨੰਦ ਕਾਰਜ ਹੋਇਆ, ਇਹ ਲੜਕੀ ਨੂੰ ਭਗਤੀ ਦੀ ਖੁਰਾਕ ਮਿਲ ਗਈ। ਗੁਰਮੁਖ ਸੋਹਰੜੇ ਕੰਮ ਸਿੱਖੇ, ਮਾਂ ਬਾਪ ਦੇ ਘਰ ਵਿੱਚ ਸਿੱਖਣਾ, ਗੁਰਮਿਲ ਚੱਜ ਵਿਚਾਰ ਸਿੱਖ, ਤੁਝ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਚੱਜ ਵਿਚਾਰ ਸਿੱਖਣਾ, ਤੈਨੂੰ ਦੁੱਖ ਨਹੀਂ ਲੱਗੇਗਾ। ਪੀਅੜੇ ਸ਼ੋ ਸੇਵ ਤੂੰ, ਪੇਕਿਆਂ ਦੇ ਘਰ ਵਿੱਚ ਰੱਬ ਦਾ ਨਾਮ ਜਪਣਾ, ਮਹਾਂਪੁਰਖਾਂ ਦੀ ਸੰਗਤ ਕਰਨੀ, ਪੁੰਨ ਦਾਨ ਕਰਨਾ ਸਿੱਖ ਲਵੀ, ਸਹੁਰੇ ਬਹੁਤ ਸੁਖੀ ਰਹੇਗੀ। ਗੁਰਬਾਣੀ ਚ ਲਿਖਿਆ ਪੀਅੜੇ ਸ਼ੋ ਸੇਵ ਤੂੰ, ਸਹੁਰੜੇ ਸੁਖ ਵਸ, ਜੇ ਪੇਕਿਆਂ ਦੇ ਤੈਨੂੰ ਨਾਮ ਜਪਣਾ, ਕੀਰਤਨ ਕਰਨਾ, ਅਰਦਾਸ ਕਰਨੀ, ਗੁਰੂ ਅੱਗੇ ਬੇਨਤੀ ਕਰਨੀ, ਸੇਵਾ ਕਰਨੀ, ਪੁੰਨ ਦਾਨ ਕਰਨਾ ਆ ਗਿਆ ਨਾ, ਜਦੋਂ ਵੀ ਤੇਰੇ ਗ੍ਰਸਤ ਚ ਵਿਘਨ ਪਏਗਾ, ਕੋਈ ਦੁੱਖ ਮੁਸ਼ਕਲ ਆਏਗਾ, ਤੂੰ ਫਟ ਹੱਲ ਕਰ ਲਵੇਂਗੀ, ਕਿਉਂਕਿ ਪੇਕਿਆਂ ਦੇ ਘਰ ਵਿੱਚ ਤੂੰ ਸਿੱਖਿਆ। ਪੀਅੜੇ ਸ਼ੋ ਸੇਵ ਤੂੰ, ਸਹੁਰੜੇ ਸੁਖ ਵਸ। ਜਿਹੜੀਆਂ ਸਤਸੰਗੀਆਂ ਮਹਾਂਪੁਰਸ਼ਾਂ ਦੇ ਘਰਾਂ ਦੀਆਂ ਲੜਕੀਆਂ ਨੇ, ਉਹ ਦੁੱਖ ਮੁਸ਼ਕਲ ਆਉਂਦੇ ਆ, ਗੁਰੂ ਅੱਗੇ ਅਰਦਾਸ ਕਰਕੇ, ਨਾਮ ਜਪ ਕੇ, ਪੁੰਨ ਦਾਨ ਕਰਕੇ, ਸੇਵਾ ਕਰਕੇ ਉਹਨੂੰ ਕੱਢ ਲੈਂਦੀ ਹੈ। ਬੱਚੇ ਦੀ ਮੱਤ ਵਿਗੜਦੀ ਏ, ਉਹ ਮੱਤ ਸੁਧਾਰ ਲੈਂਦੀ ਹੈ। ਪਤੀ ਦੀ ਸੰਗਤ ਵਿਗੜਦੀ ਏ, ਪਤੀ ਨੂੰ ਸੁਧਾਰ ਲੈਂਦੀਆਂ ਨੇ। ਇੰਨਾ ਕੁਝ ਪਰਮਾਤਮਾ ਨੇ ਉਹਨਾਂ ਤੇ ਕਿਰਪਾ ਕੀਤੀ ਹੁੰਦੀ ਏ, ਨਾਮ ਜਪਣ ਦੀ, ਅਰਦਾਸ ਕਰਨ ਦੀ, ਬੇਨਤੀ ਕਰਨ ਦੀ, ਤੇ ਆਪਦੇ ਸੇਵਕਾਂ ਦੀ ਗੁਰੂ ਮੰਨਦਾ ਹੈ। ਆਖੋ ਸੀ ਮੈਂ